गुड मॉर्निंग प्यारे बच्चेओ आज ਦਾ ਜੋ ਸਾਡਾ ਨੌਵੀਂ ਕਲਾਸ ਦਾ এমਪਲੋਇਬਿਲਟੀ ਸਕਿੱਲ ਦਾ ਜੋ ਪਾਠ ਹੈ ਉਸ ਦਾ ਨਾਮ ਹੈ ਯੂਨਿਟ ਪਹਿਲੇ ਦਾ ਪਹਿਲਾ ਸੈਸ਼ਨ ਦਾ ਪਹਿਲਾ ਪਾਠ ਜੋ ਹੈ ਉਸ ਦਾ ਨਾਮ ਹੈ ਸੰਚਾਰ ਦਾ ਹੁਨਰ ਅੱਜ ਕੱਲ ਦੇ ਸਮੇਂ ਦੇ ਵਿੱਚ ਸੰਚਾਰ ਦਾ ਹੁਨਰ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇੱਕ ਸੰਗਤ ਸੰਚਾਰ ਦੇ ਨਾਲ ਅਸੀਂ ਆਪਣੀ ਜੋ ਭਾਵਨਾਵਾਂ ਹਨ ਆਪਣੇ ਜੋ ਵਿਚਾਰ ਹਨ ਦੂਸਰੇ ਨੂੰ ਪ੍ਰਗਟ ਕਰ ਸਕਦੇ ਹਾਂ ਅਗਰ ਸਾਡਾ ਸੰਚਾਰ ਦਾ ਸਾਧਨ ਦਾ ਸੰਚਾਰ ਦਾ ਹੁਨਰ ਬਿਲਕੁਲ ਸਹੀ ਹੈ ਤਾਂ ਉਹ ਜੋ ਜੋ ਅਸੀਂ ਸੰਚਾਰ ਕੀਤਾ ਹੈ ਉਸ ਦੀ ਫੀਡਬੈਕ ਸਾਨੂੰ ਬਿਲਕੁਲ ਸਹੀ ਤਰੀਕੇ ਨਾਲ ਮਿਲੇਗੀ ਅਗਰ ਅਸੀਂ ਉਸ ਜੋ ਸੰਚਾਰ ਨੂੰ ਸਹੀ ਤਰੀਕੇ ਨਾਲ ਪ੍ਰੈਜੈਂਟ ਨਹੀਂ ਕਰ पाए ਤਾਂ ਸਾਨੂੰ ਉਸ ਦੀ ਫੀਡਬੈਕ ਪ੍ਰਾਪਤ ਨਹੀਂ ਹੋਵੇਗੀ ਸਾਨੂੰ ਇਹ ਨਹੀਂ ਪਤਾ ਚਲੇਗਾ ਕਿ ਅਸੀਂ ਜੋ ਮੈਸੇਜ ਦਿੱਤਾ ਹੈ ਉਹ ਦੂਸਰੇ ਬੰਦੇ ਨੂੰ ਸਮਝ ਆਇਆ ਹੈ ਕਿ ਨਹੀਂ ਇਸ ਨਾਲ ਕੀ ਹੁੰਦਾ ਹੈ ਕਿ ਅੱਜ ਕੱਲ੍ਹ ਦੇ ਜੋ ਹੈ ਆਧੁਨਿਕ ਜੋ ਉਜਗ ਸੈਕਟਰ ਹੈ ਉਸ ਦੇ ਵਿੱਚ ਬਹੁਤ ਸਾਰੇ ਪ੍ਰੋਬਲਮ ਖੜੀਆਂ ਹੋ ਜਾਂਦੀਆਂ ਹਨ ਕਿਉਂਕਿ ਪਿਆਰ ਬੱਚੋ ਤੁਹਾਨੂੰ 51 ਵਰ ਸਮੇਂ ਦੇ ਵਿੱਚ ਇੱਕ ਅچھے ਇੰਜੀਨੀਅਰ ਬਣਨਾ ਹੈ ਅਤੇ ਇੱਕ ਅچھے ਸਰਵਿਸ ਫੀਲਡ ਦੇ ਵਿੱਚ ਕੰਮ ਕਰਨਾ ਹੈ ਤੁਹਾਡੇ ਤੁਹਾਡੇ ਲਈ ਜੋ ਹੈ ਸੰਚਾਰ ਦਾ ਹੁਨਰ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਤੁਹਾਡੀ ਜੋ ਡੀਲਿੰਗ ਹੋਣੀ ਹੈ ਇੱਕ ਕਸਟਮਰ ਦੇ ਨਾਲ ਹੋਣੀ ਹੈ ਇਸ ਲਈ ਤੁਸੀਂ ਜੋ ਹੈ ਇਸ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖਣਾ ਹੈ ਇਸ ਦੇ ਵਿੱਚ ਪੂਰਾ ਦਿਖਾਇਆ ਗਿਆ ਹੈ ਕਿ ਸੰਚਾਰ ਕੀ ਹੁੰਦਾ ਹੈ ਇੱਕ ਮਾੜੇ ਸੰਚਾਰ ਦੇ ਕਿਹੜੇ-ਕਿਹੜੇ ਕਾਰਨ ਹੁੰਦੇ ਹਨ ਅਤੇ ਇੱਕ ਚੰਗੇ ਸੰਚਾਰ ਦੇ ਲਈ 7C ਫਾਰਮੂਲਾ ਜੋ ਹੈ ਉਹ ਦੱਸਿਆ ਗਿਆ ਹੈ ਕਿ ਚੰਗੇ ਸੰਚਾਰ ਲਈ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਹ ਪਿਆਰੇ ਬੱਚਿਓ ਅੱਜ ਦਾ ਅਸੀਂ ਪਾਠ ਪੜ੍ਹੀਏ। ਕੀ ਸੰਚਾਰ ਦੀ ਪਰਿਭਾਸ਼ਾ ਕੀ ਹੁੰਦੀ ਹੈ? ਫਿਰ ਅਸੀਂ ਪੜ੍ਹਾਂਗੇ ਸੰਚਾਰ ਦਾ ਸਾਡੇ ਜੀਵਨ ਦੇ ਵਿੱਚ ਕੀ ਮਤਵ ਹੈ ਫਿਰ ਅਸੀਂ ਪੜਾਂਗੇ ਸੰਚਾਰ ਦ੍ਰਿਸ਼ਟੀਕੋਣ ਨੂੰ ਪ੍ਰਭਾਵਿਤ ਕਰਨ ਵਾਲੇ ਕਿਹੜੇ-ਕਿਹੜੇ ਕਾਰਕ ਹਨ ਕਹਿਣ ਤੋਂ ਪਾਵੇਂ ਹੈ ਕਿ ਸੰਚਾਰ ਨੂੰ ਕਿਹੜੀ-ਕਿਹੜੀ ਚੀਜ਼ਾਂ ਜੜੀਆਂ ਹਨ ਪ੍ਰਭਾਵਿਤ ਕਰਦੀਆਂ ਹਨ ਜਿਹਦੇ ਨਾਲ ਸਾਡਾ ਸੰਚਾਰ ਜੋ ਹੈ ਸਹੀ ਤਰ੍ਹਾਂ ਨਹੀਂ ਹੋ ਪਾਂਦਾ ਅੱਗੇ ਅਸੀਂ ਪੜਾਂਗੇ ਪ੍ਰਭਾਵਸ਼ਾਲੀ ਇੱਕ ਵਧੀਆ ਸੰਚਾਰ ਲਈ ਕਿਹੜੀ-ਕਿਹੜੀ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ ਹਲਾੰਦਾ ਹੈ ਸੰਚਾਰ ਦੀ ਪਰਿਭਾਸ਼ਾ ਸੰਚਾਰ ਸਿਰਫ ਇੱਕ ਜਗ੍ਹਾ ਵਿਅਕਤੀ ਜਾਂ ਸਮੂਹ ਤੋਂ ਦੂਜੀ ਜਗ੍ਹਾ ਜਾਣਕਾਰੀ ਤਬਦੀਲ ਕਰਨ ਦਾ ਕੰਮ ਹੈ ਹਰ ਸੰਚਾਰ ਵਿੱਚ ਇੱਕ ਭੇਜਣ ਵਾਲਾ ਇੱਕ ਸੰਦੇਸ਼ ਪ੍ਰਾਪਤ ਕਰਨ ਵਾਲਾ ਅਤੇ ਇੱਕ ਸੰਦੇਸ਼ ਹੁੰਦਾ ਹੈ ਇਹਨਾਂ ਵਿੱਚ ਸਾਡੀਆਂ ਭਾਵਨਾਵਾਂ ਸੱਬੇ ਚਾਰਕ ਸਥਿਤੀ ਸੰਚਾਰ ਲਈ ਵਰਤੇ ਆ ਮਾਧਿਅਮ ਅਤੇ ਇਥੋਂ ਤੱਕ ਕਿ ਸਾਡੀ ਸਥਿਤੀ ਸ਼ਾਮਿਲ ਹੁੰਦੀ ਹੈ ਕਹੇ ਤੋਂ ਪਾ ਵੀ ਹੈ कि जो भी असि विचार प्रकट करदे हां जो एक व्यक्ति या समूह द्वारा एक जानकारी एक दूसरे ਨੂੰ ਦਿੱਤੀ ਜਾਂਦੀ ਹੈ ਉਸ ਨੂੰ ਅਸੀਂ ਸੰਚਾਰ ਕਹਿੰਦੇ ਹਾਂ ਇੱਕ ਸੰਚਾਰ ਦੇ ਲਈ ਸਾਨੂੰ ਕੀ ਕੀ ਚੀਜ਼ਾਂ ਹੋਣੀਆਂ ਜ਼ਰੂਰੀ ਹਨ ਪਹਿਲਾ ਇੱਕ ਆਦਮੀ ਚਾਹੀਦਾ ਹੈ ਜਿਸ ਨੇ ਸੰਦੇਸ਼ ਭੇਜਣਾ ਹੈ ਇੱਕ ਸੰਦੇਸ਼ ਨੂੰ ਪ੍ਰਾਪਤ ਕਰਨ ਵਾਲਾ ਆਦਮੀ ਚਾਹੀਦਾ ਹੈ ਅਤੇ ਇੱਕ ਸਾਧਨ ਚਾਹੀਦਾ ਹੈ ਜਿਸ ਦੇ ਦੁਆਰਾ ਅਸੀਂ ਸੰਦੇਸ਼ ਨੂੰ ਭੇਜ ਸਕੀਏ ਅਗੇ ਹੁੰਦਾ ਹੈ ਸੰਚਾਰ ਦਾ ਮਹੱਤਵ ਸੰਚਾਰ ਦਾ ਮਹੱਤਵ ਸੰਚਾਰ ਦੇ ਵਿੱਚ ਸਾਡਾ ਕੀ ਮਹੱਤਵ ਹੈ ਸਾਡੇ ਜੀਵਨ ਦੇ ਵਿੱਚ ਜਾਣਕਾਰੀ ਸਭ ਤੋਂ ਪਹਿਲਾਂ ਸਾਨੂੰ ਜਾਣਕਾਰੀ ਪ੍ਰਾਪਤ ਹੁੰਦੀ ਹੈ ਤੁਹਾਨੂੰ ਕਿਸੇ ਨੂੰ ਤੱਥ ਜਾਂ ਜਾਣਕਾਰੀ ਦੇਣ ਦੀ ਲੋੜ ਹੋ ਸਕਦੀ ਹੈ ਉਦਾਹਰਨ ਲਈ ਇੱਕ ਦੋਸਤ ਨੂੰ ਪ੍ਰੀਖਿਆ ਦੇ ਟਾਈਮ ਟੇਬਲ ਦਾ ਸੰਚਾਰ ਕਰਨਾ ਇਹਨ ਤੋਂ ਪਾ ਵੀ ਹੈ ਜੇ ਤੁਸੀ ਕਿਸੇ ਨੂੰ ਕੋਈ ਜਾਣਕਾਰੀ ਦੇਣੀ ਹੈ ਤਾਂ ਅਸੀਂ ਉਸ ਨੂੰ ਸੰਚਾਰ ਦੇ ਮਾਧਿਅਮ ਦੁਆਰਾ ਹੀ ਦੇ ਸਕਦੇ ਹਾਂ ਜਿਸ ਤਰ੍ਹਾਂ ਕਿ ਤੁਸੀ ਕਿਸੇ ਨੂੰ ਤੁਹਾਡੇ ਆਪਣੇ ਦੋਸਤ ਨੂੰ ਦੱਸਣਾ ਹੈ ਕਿ ਪ੍ਰੀਖਿਆ ਦੇ ਕਿਹੜਾ ਕਿਹੜਾ ਪੇਪਰ ਕਿਸ ਤਰੀਕ ਨੂੰ ਹੈ ਦੂਸਰਾ ਅੰਧਾ ਪ੍ਰਭਾਵ ਤੁਹਾਨੂੰ ਕਿਸੇ ਨੂੰ ਪ੍ਰਭਾਵਿਤ ਜਾਂ ਬਦਲਣ ਲਈ ਸਿੱਧੇ ਪਰ ਆਮ ਤੌਰ ਤੇ ਮਹੱਤਵਪੂਰਨ ਤਰੀਕਾ ਦੀ ਲੋੜ ਹੋ ਸਕਦੀ ਹੈ ਪ੍ਰਭਾਵ ਦੀ ਇੱਕ ਉਦਾਹਰਣ ਇੱਕ ਹਾਈ ਸਕੂਲ ਦੇ ਵਿਦਿਆਰਥੀ ਲਈ ਆਪਣੀਆਂ ਸਾਰੇ ਜਿੰਮੇਵਾਰੀਆਂ ਨੂੰ ਸਮੇਂ ਸਿਰ ਪੂਰਾ ਕਰਨਾ ਹੈ ਅਤੇ ਇਸ ਤਰ੍ਹਾਂ ਉਸ ਦਾ ਛੋਟਾ ਭਰਾ ਵੀ ਉਹੀ ਕਰਨਾ ਚਾਹੁੰਦਾ ਹੈ ਕਹਿੰਦੇ ਭਾਵੇਂ ਹੈ ਕਿ ਆਪਣੇ ਸੇ ਛੋਟੇ ਭਰਾ ਨੂੰ ਪ੍ਰਭਾਵਿਤ ਕਰਨ ਦੇ ਲਈ ਉਸ ਨੇ ਜੋ ਹੈ ਆਪਣੀਆਂ ਜ਼ਿੰਮੇਵਾਰੀਆਂ ਸੇ ਤਰੀਕੇ ਨਾਲ ਕੀਤੀਆਂ ਤਾਂ ਉਸ ਦੇ ਸਭ ਛੋਟੇ ਭਰਾ ਉੱਤੇ ਵੀ ਪ੍ਰਭਾਵ ਉੱਤੇ ਵੀ ਕਾਫੀ ਪ੍ਰਭਾਵ ਪਿਆ ਭਾਵਨਾਵਾਂ ਜ਼ਾਹਰ ਕਰਨਾ ਤੁਹਾਡੀਆਂ ਭਾਵਨਾਵਾਂ ਬਾਰੇ ਗੱਲ ਕਰਨਾ ਉਹਨਾਂ ਨੂੰ ਜ਼ਾਹਰ ਕਰਨ ਦਾ ਇੱਕ ਸਿਹਤਮੰਦ ਢੰਗ ਹੈ ਸੰਚਾਰ ਉਦਾਹਰਣ ਲਈ ਪ੍ਰਿਕਿਆਵਾਂ ਵਿੱਚ ਬਧੀਆ ਕਰਨ ਬਾਰੇ ਭਾਵਨਾਵਾਂ ਮਾ ਆਪਣੇ ਮਾਪਿਆਂ ਅਤੇ ਦੋਸਤ ਨਾਲ ਸਾਂਝੀਆ ਕਰਨਾ ਕਹਿੰਦੇ ਪਾਵੇ ਹੈ ਕਿ ਆਪ ਸਾਡੇ ਅੰਦਰ ਜੋ ਭਾਵਨਾਵਾਂ ਹਨ ਅਸੀਂ ਸੰਚਾਰ ਦੇ ਦੁਆਰਾ ਆਪਣੇ ਦੋਸਤਾਂ ਦੇ ਨਾਲ ਅਤੇ ਆਪਣੇ ਮਾਪਿਆਂ ਨਾਲ ਇਹਨੂੰ ਸਾਂਝਾ ਕਰ ਸਕਦੇ ਹਾਂ ਜੋ ਇੱਕ ਉਦਾਹਰਨ ਦੇ ਵਿੱਚ ਦੱਸਿਆ ਗਿਆ ਹੈ ਇਸ ਤੋਂ ਬਹਾਂਦਾ ਹੈ ਕਿ ਸੰਚਾਰ ਦ੍ਰਿਸ਼ਟੀਕੋਣ ਨੂੰ ਪ੍ਰਭਾਵਿਤ ਕਰਨ ਵਾਲੇ ਇਸ ਤੋ ਆ ਜਾਂਦਾ ਹੈ ਸੰਚਾਰ ਦ੍ਰਿਸ਼ਟੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ-ਕਿਹੜੇ ਕਾਰਕ ਹੁੰਦੇ ਹਨ ਜਿਨ੍ਹਾਂ ਨਾਲ ਸੰਚਾਰ ਜੋ ਹੈ ਪ੍ਰਭਾਵਿਤ ਹੁੰਦਾ ਹੈ ਪਹਿਲਾ ਹੁੰਦਾ ਹੈ ਭਾਸ਼ਾ ਦੂਸਰਾ ਧਾਰਨਾ ਤੀਸਰਾ ਤਜਰਬਾ ਜੋ ਸਾਡਾ ਪਿਛਲਾ ਕੋਈ ਤਜਰਬਾ ਹੋਵੇ ਪਖਪਾਤ ਪਸਾਰੀਆਂ ਪਾਵਨਾਮਾ ਬਾਤਾਵਨ ਜਿਸ ਜਗ੍ਹਾ ਤੇ ਅਸੀਂ ਸੰਚਾਰ ਕਰ ਰਹੇ ਹਾਂ ਉੱਥੇ ਬਾਤਾਵਨ ਕਿਸ ਤਰ੍ਹਾਂ ਦਾ ਹੈ ਕੁਝ ਨਿਜੀ ਕਾਰਕ ਅਤੇ ਸੱਭਿਆਚਾਰਕ ਦ੍ਰਿਸ਼ਟੀਕੋਣ ਇਸ ਵਿੱਚ ਸ਼ਾਮਿਲ ਹੁੰਦੇ ਹਨ ਪਹਿਲਾ ਹੁੰਦਾ ਹੈ ਭਾਸ਼ਾ ਵਿਸਤਾਰਕਤੂਸੀਂ ਚਿੱਤਰ ਵਿੱਚ ਦੇਖ ਰਹੇ ਹੋ ਭਾਸ਼ਾ ਗਲਤ ਸ਼ਬਦਾਂ ਦੀ ਵਰਤੋਂ ਅਣਜਾਨ ਭਾਸ਼ਾ ਅਤੇ ਵਿਸਤਾਰ ਦੀ ਕਮੀ ਦੇ ਮਾਮਲੇ ਵਿੱਚ ਭਾਸ਼ਾ ਸੰਚਾਰਿਤ ਕਰਨ ਵਿੱਚ ਰੁਕਾਵਟ ਵੱਜੋਂ ਕੰਮ ਕਰ ਸਕਦੀ ਹੈ ਉਦਾਹਰਨ ਵੱਜੋਂ ਭਾਸ਼ਾ ਇੱਕ ਰੁਕਾਵਟ ਵੱਜੋਂ ਕੰਮ ਕਰ ਸਕਦੀ ਹੈ ਜਦੋਂ ਕਿ ਇੱਕ ਭਾਰਤੀ ਜੋ ਸਿਰਫ ਹਿੰਦੀ ਅਤੇ ਚੀਨੀ ਭਾਸ਼ਾ ਹੀ ਜਾਣਦਾ ਹੈ ਜਿਸ ਕੋ ਮੈਡਰਿਨ ਦਾ ਗਿਆਨ ਸਿਰਫ ਇੱਕ ਦੂਜੇ ਨਾਲ ਗੱਲਬਾਤ ਕਰਨ ਹੈ ਅਸੀਂ ਹੋਰ ਉਦਾਹਰਨ ਵੀ ਲੈ ਸਕਦੇ ਹਾਂ ਮੰਲੋ ਦੋ ਆਦਮੀ ਹਨ ਇੱਕ ਪਾਸ਼ਾ ਆਦਮੀ ਜੋ ਹੈ ਤਾਮਿਲ ਪਾਸ਼ਾ ਜਾਣਦਾ ਹੈ ਤੇ ਦੂਸਰਾ ਜੋ ਹੈ ਉਹ ਹਿੰਦੀ ਜਾਣਦਾ ਹੈ ਉਹ ਦੋਨੇ ਜੋ ਹਨ ਆਪਸ ਦੇ ਵਿੱਚ ਜੋ ਹੈ ਭਾਸ਼ਾ ਦੀ ਕਮੀ ਦੇ ਕਾਰਨ ਪਾਸ਼ਾ ਦਾ ਗਿਆਨ ਨਾ ਹੋਣ ਕਾਰਨ ਇੱਕ ਆਪਸ ਦੇ ਵਿੱਚ ਗੱਲਬਾਤ ਜਾਂ ਸੰਚਾਰ ਨਹੀਂ ਕਰ ਸਕਦੇ ਧਾਰਨਾ ਵਿਜ਼ੂਅਲ ਧਾਰਨਾ ਦਰਸ਼ਨੀਤਾ ਨਾਲ ਦਿਮਾਗ ਦੀ ਭਾਵਨਾ ਬਣਾਉਣ ਦੀ ਯੋਗਤਾ ਹੈ ਜਿਸ ਤਰ੍ਹਾਂ ਕਿ ਤੁਸੀਂ ਚਿੱਤਰ ਵਿੱਚ ਦੇਖ ਰਹੇ ਹੋ ਇੱਕ ਆਤੀ ਖੜਾ ਹੈ ਪਰ ਜੋ ਬੱਚੇ ਖੜੇ ਹਨ ਉਸ ਨੇ ਜੋ ਜੋ ਚੀਜ਼ ਫੜੀ ਹੋਈ ਹੈ ਉਹਨਾਂ ਨੂੰ ਲੱਗਦਾ ਹੈ ਕਿ ਉਹ ਉਹੀ ਚੀਜ਼ ਹੈ ਉਹਨਾਂ ਨੂੰ ਪੂਰਾ ਹਾਥੀ ਜੋ ਹੈ ਨਜ਼ਰ ਨਹੀਂ ਆ ਰਿਹਾ ਹੈ ਜਿਸ ਤਰ੍ਹਾਂ ਕਿ ਦੇਖੋ ਅਸੀਂ ਕੀ ਆਪਣੀ ਅੱਖਾਂ ਨਾਲ ਦੇਖਦੇ ਹਾਂ ਜਦ ਕਿ ਦਰਸ਼ਨੀ ਧਾਰਨਾ ਨਾਲ ਤਸਵੀਰ ਖਿੱਚੀ ਕੁਝ ਹੋਰ ਹੁੰਦੀ ਹੈ ਕਿਉਂਕਿ ਸਾਡੀ ਭਾਵਨਾ ਧਾਰਨਾ ਜੋ ਹੈ ਧਾਰਨਾ ਵੀ ਜੋ ਹੈ ਸਾਡੇ ਸੰਚਾਰ ਦੇ ਵਿੱਚ ਇੱਕ ਰੁਕਾਵਟ ਪੈਦਾ ਕਰ ਸਕਦੀ ਹੈ ਦੂਸਰਾ ਹੁੰਦਾ ਹੈ ਤਜਰਬਾ ਮੰਨ ਲਓ ਸਾਰੇ ਪਿਛਲੇ ਤਜਰਬਿਆਂ ਨੂੰ ਸਮਝਣ ਜਾਂ ਸਪਸ਼ਟ ਤੌਰ ਤੇ ਸੰਚਾਰ ਕਰਨ ਤੇ ਰੋਕਣਾ ਤਜਰਬੇ ਕਾਰਨ ਹੋ ਸਕਦਾ ਹੈ ਉਦਾਹਰਨ ਵਜੋਂ ਇਸ ਦੁਕਾਨਦਾਰ ਨੇ ਮੈਨੂੰ ਪਿਛਲੀ ਵਾਰ ਧੋਖਾ ਦਿੱਤਾ ਜਾਂ ਮੈਂ ਆਪਣੇ ਗਣਿਤ ਪ੍ਰੀਖਿਆ ਵਿੱਚ ਘੱਟ ਅੰਕ ਲਏ ਇਸ ਲਈ ਮੈਂ ਕਲਾਸ ਵਿੱਚ ਪ੍ਰਸ਼ਨ ਪੁੱਛਣ ਅਤੇ ਜਵਾਬ ਦੇਣ ਤੋਂ ਡਰਦਾ ਹਾਂ ਕਹਤੋ ਕਿ ਪਿਛਲੇ ਤਜਰਬੇ ਪਿਛਲੀਕਰਨਾ ਆਵਾ ਤੋਂ ਅਸੀਂ ਜੋ ਹੈ ਤਜਰਬਾ ਲੈ ਕੇ ਕਿ ਵਾਰ ਜੋ ਹੈ ਸੰਚਾਰ ਦੇ ਵਿੱਚ ਰੁਕਾਵਟ ਪੈਦਾ ਕਰ ਸਕਦੇ ਹਾਂ ਉਸ ਤੋਂ ਬੰਦ ਹੈ ਪੱਖਪਾਤ ਪੱਖਪਾਤ ਕੀ ਹੁੰਦਾ ਹੈ ਪੱਖਪਾਤ ਸਥਿਰ ਵਿਚਾਰ ਜਿਵੇਂ ਕੀ ਸੋਚਨਾ ਮੇਰੀ ਕਲਾਸ ਵਿੱਚ ਕੋਈ ਵੀ ਮੈਨੂੰ ਪਸੰਦ ਨਹੀਂ ਕਰਦਾ ਕਲਾਸ ਵਿੱਚ ਖੁੱਲ ਕੇ ਗੱਲਬਾਤ ਕਰਨ ਤੋਂ ਇੱਕ ਵਿਦਿਆਰਥੀ ਨੂੰ ਰੋਕ ਸਕਦਾ ਹੈ ਕਹਿਣ ਤੋਂ ਭਾਵ ਇਹ ਹੈ ਕਿ ਪੱਖਪਾਤ ਕਰਨਾ ਮਤਲਬ ਸਾਰਿਆਂ ਨੂੰ ਬਰਾਬਰ ਨਾ ਸਮਝਣਾ ਇਸ ਦੇ ਕਾਰਨ ਵੀ ਜੋ ਹੈ ਇੱਕ ਆਦਮੀ ਜੋ ਹੈ ਆਪਣੇ ਜੋ ਵਿਚਾਰ ਹਨ ਦੂਸਰੇ ਨਾਲ ਪ੍ਰਗਟ ਨਹੀਂ ਕਰ ਸਕਦਾ ਇੱਕ ਹੋਰ ਉਦਾਹਰਨ ਹੈ ਇੱਕ ਪ੍ਰਬੰਧਕ ਕਾਮਿਆਂ ਨੂੰ ਖਾਸ ਕੰਮ ਨਹੀਂ ਦਿੰਦਾ ਜੋ ਇੱਕ ਖਾਸ ਵੱਡੀ ਉਮਰ ਤੱਕ ਪਹੁੰਚ ਨਹੀਂ ਕਿਉਂਕਿ ਬੋਸਮੇ ਪਿ ਲਿਖਾ ਹੁੰਦਾ ਹੈ ਕਿ ਬਜ਼ੁਰਗ ਵਿਅਕਤੀ ਉਹ ਕੰਮ ਨਹੀਂ ਸੰਭਾਲ ਸਕਦੇ ਇਹ ਵੀ ਇੱਕ ਪੱਖਪਾਤੀ ਉਦਾਹਰਣ ਹੈ ਉਸ ਤੋਂ ਬਾਅਦ ਆਉਂਦਾ ਹੈ ਭਾਵਨਾਵਾਂ ਸਾਡੀਆਂ ਭਾਵਨਾਵਾਂ ਜਿਉਂ ਹਨ ਉਹ ਵੀ ਸੰਚਾਰ ਦੇ ਵਿੱਚ ਰੁਕਾਵਟ ਬਣ ਸਕਦੀਆਂ ਹਨ ਸਾਡੀਆਂ ਭਾਵਨਾਵਾਂ ਅਤੇ ਸੋਚ ਜਿਵੇਂ ਕਿ ਨਿਚੜ ਸਪੀ ਦੀ ਕਾਟ ਜਾਂ ਦੂਸਰਾ ਵਿਅਕਤੀ ਤੇ ਭਰੋਸਾ ਨਾ ਕਰਨਾ ਸੰਚਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ ਉਦਾਹਰਨ ਵਜੋਂ ਮੈਂ ਚੰਗਾ ਮਹਿਸੂਸ ਨਹੀਂ ਕਰ ਰਿਹਾ ਹਾਂ ਇਸ ਲਈ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਅਗਰ ਸਾਡਾ ਜੋ ਭਾਵਨਾ ਜੋ ਹੈ ਸਾਡੀ ਦਿਲਚਸਪੀ ਨਹੀਂ ਹੈ ਗੱਲ ਕਰਨ ਦੇ ਵਿੱਚ ਤਾਂ ਵੀ ਜੋ ਹੈ ਇਹ ਸੰਚਾਰ ਦੇ ਵਿੱਚ ਰੁਕਾਵਟ ਪੈਦਾ ਕਰ ਸਕਦੀ ਹੈ ਉਸ ਤੋਂ ਅੰਦਾਹਾ ਬਾਤਾ ਵਰਨ ਤੁਸੀਂ किस तरह के वातावरण गल कर रहे हो भी प्रभावित करता है आले दुआले शोर गड़बड़ संचार मुश्किल कर सकती है उदाहरण एक फंक्शन के अपने दोस्त ना करना जिथे ऑर्कैस्ट्रा द्वारा उच्चा संगीत चलाया जा रहा होंगे है कहने तो भाविक है उत्थे जो है संचार जो है तुम वैसे तरीके नहीं कर पाओगे क्योंकि ऑर्कैसट्रा की आवाज़ के कारण थानू जो है अपने दोस्त की आवाज़ सही सुनाई नहीं देगी ਇਸ ਤੋਂ ਆਉਂਦਾ ਹੈ ਨਿੱਜੀ ਕਾਰਕ ਨਿੱਜੀ ਕਾਰਕਾਂ ਵਿੱਚ ਤੁਹਾਡੀ ਆਪਣੀ ਭਾਵਨਾਵਾਂ ਆਦਤਾਂ ਅਤੇ ਸੋਚਣ ਦਾ ਟੰਗ ਸ਼ਾਮਿਲ ਹੁੰਦੇ ਹਨ ਉਦਾਹਰਨ ਲਈ ਡਰ ਅਤੇ ਘੱਟ ਵਿਸ਼ਵਾਸ ਸੰਚਾਰ ਮੁਕੰਮਲ ਨਹੀਂ ਬਣਾ ਸਕਦਾ ਹੈ ਕਹਿਣ ਤੋਂ ਪਾਵੇ ਹੈ ਸਾਡੀ ਜੋ ਆਪਣੀ ਨਿੱਜੀ ਜੋ ਹਨ ਕਾਰਨ ਹਨ ਨਿੱਜੀ ਕਾਰਨਾਂ ਕਰਕੇ ਵੀ ਅਸੀਂ ਸੰਚਾਰ ਦੇ ਵਿੱਚ ਰੁਕਾਵਟ ਪੈਦਾ ਕਰ ਸਕਦੇ ਹਾਂ ਅੱਗੇ ਆਉਂਦਾ ਹੈ ਸੱਭਿਆਚਾਰ ਸੱਭਿਆਚਾਰ ਚਿੰਨ ਜਿਨ੍ਹਾਂ ਦਾ ਵੱਖ-ਵੱਖ ਸੱਭਿਆਚਾਰਾਂ ਵਿੱਚ ਮਕਰ ਬੁਖਰਾ ਅਰਥ ਹੁੰਦਾ ਹੈ ਜਿਵੇਂ ਕਿ ਅੰਗੂਠਾ ਦਿਖਾਉਣਾ ਦਾ ਅਰਥ ਹੋ ਸਕਦਾ ਹੈ ਕੁਝ ਲੋਕਾਂ ਲਈ ਚੰਗੀ ਚੰਗਾ ਕੀਤਾ ਪਰ ਦੂਜਿਆਂ ਦਾ અપਮਾਨ ਹੋ ਸਕਦਾ ਹੈ ਜਦੋਂ ਕਿਸੇ ਨੂੰ ਅਸੀਂ ਅੰਗੂਠਾ ਦਿਖਾਉਂਦੇ ਹਾਂ ਤੇ ਕਈ ਸਭਿਆਚਾਰਾਂ ਵਿੱਚ ਉਹ ਸੁਦਾਏ ਇਸ ਦਾ ਮਤਲਬ ਹੋਵੇ ਕਿ ਨਾ ਕਰਨਾ ਹੈ ਪਰ ਕਈ ਜਗ੍ਹਾ ਵੀ ਚੀਜ਼ ਹੁੰਦੀ ਸਿ ਕੋਈ ਅੱਛਾ ਪਰਫਾਰਮ ਕਰਦੇ ਹਾਂ ਤਾਂ ਸਾਨੂੰ ਕੋਈ ਅੰਗੂਠਾ ਦਿਖਾਉਂਦਾ ਹੈ ਤਾਂ ਸਮਝਿਆ ਜਾਂਦਾ ਹੈ ਕਿ ਤੁਸੀਂ ਉਸ ਨੇ ਜੋ ਤੁਹਾਡੀ ਇਹ ਤਾਰੀਫ ਕੀਤੀ ਹੈ ਇਸ ਲਈ ਜੋ ਹੈ ਸਭਿਆਚਾਰ ਤੇ ਵੀ ਡਿਪੈਂਡ ਕਰਦਾ ਹੈ ਜੋ ਸਾਡੇ ਸੰਚਾਰ ਦੇ ਵਿੱਚ ਪੁਰਕਾ ਬਰ ਪੈਦਾ ਕਰ ਸਕਦਾ ਹੈ ਅਗੇ ਹੁੰਦਾ ਹੈ ਇੱਕ ਪ੍ਰਭਾਵਸ਼ਾਲੀ ਸੰਚਾਰ ਦੇ ਲਈ ਕਿਹੜੀ ਗੱਲਾਂ ਦਾ ਹੋਣਾ ਜ਼ਰੂਰੀ ਹੈ ਪਹਿਲੀ ਗੱਲ ਹੈ ਸਾਡਾ ਜੋ ਸੰਚਾਰ ਜੋ ਅਸੀਂ ਕਰ ਰਹੇ ਹਾਂ ਜੋ ਸ਼ਬਦ ਉਹ ਕਰ ਰਹੇ ਹਾਂ ਉਹ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ ਕਲੀਅਰ ਹੋਣਾ ਚਾਹੀਦਾ ਹੈ ਦੂਸਰਾ ਸੰਕੇਪ ਹੋਣਾ ਚਾਹੀਦਾ ਹੈ ਤੀਸਰਾ ਠੋਸ ਹੋਣਾ ਚਾਹੀਦਾ ਹੈ ਚੌਥਾ ਸਹੀ ਹੋਣਾ ਚਾਹੀਦਾ ਹੈ ਪੰਜਮਾ ਅਨੁਕੂਲ ਹੋਣਾ ਚਾਹੀਦਾ ਹੈ ਅਤੇ ਪੂਰਾ ਸੰਪੂਰਨ ਹੋਣਾ ਚਾਹੀਦਾ ਹੈ ਅਤੇ ਸ੍ਰਿਸ਼ਟਾਚਾਰਕ ਹੋਣਾ ਚਾਹੀਦਾ ਹੈ ਅਸੀਂ ਇਹਨਾਂ ਬਾਰੇ ਇੱਕ ਇੱਕ ਕਰਕੇ ਪੜ੍ਹਾਂਗੇ ਪਹਿਲਾ ਹੁੰਦਾ ਹੈ ਸਾਫ ਸਾਫ ਦੇ ਵਿੱਚ ਕੀ ਹੁੰਦਾ ਹੈ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਉਹ ਸਪਸ਼ਟ ਹੋਣਾ ਚਾਹੀਦਾ ਹੈ ਕਿਉਂਕਿ ਕੋਈ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਉਹ ਬਿਲਕੁਲ ਤੁਹਾਡੇ ਜੋ ਸੰਚਾਰ ਹੈ ਜੋ ਤੁਸੀਂ ਸੰਚਾਰ ਕੀਤਾ ਹੈ ਜੋ ਸ਼ਬਦਾਂ ਦੀ ਵਰਤੋਂ ਕੀਤੀ ਹੈ ਉਸ ਤੋਂ ਬਿਲਕੁਲ ਸਪਸ਼ਟ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਤੁਸੀਂ ਇੱਕ ਉਦਾਹਰਣ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਨਵੇਂ ਕਲਾਇੰਟ ਦੇ ਪ੍ਰੋਜੈਕਟ ਬਾਰੇ ਗੱਲ ਕਰਨਾ ਚਾਹੁੰਦਾ ਹਾਂ ਜਿਸ ਬਾਰੇ ਇੰਜੀਨੀਅਰਿੰਗ ਟੀਮ ਨੇ ਕੱਲ ਵਿਚਾਰ ਕੀਤਾ ਸੀ ਮੈਨੂੰ ਤੁਹਾਡੀ ਟੀਮ ਤੋਂ जोन दी मदद दी लोड पैस सकदी है तो सी देख रहे हो एक इन, इनकंप्लीट जो है संचार है क्योंकि इस मैसेज ਦੇ ਵਿੱਚ ਇਹ ਨਹੀਂ ਦੱਸਿਆ ਗਿਆ ਹੈ ਕਿ ਕਲਾਇੰਟ ਦਾ ਨਾਮ ਕੀ ਹੈ ਪ੍ਰੋਜੈਕਟ ਦਾ ਨਾਮ ਕੀ ਹੈ ਉਸ ਤੋਂ ਬਾਅਦ जोन जो है जो टीम मेंबर है जोन कौन है एक जोन आदमी जोन ਵਰਗੇ जोन ਨਾਮ ਦੇ ਆਦਮੀ ਕੋਈ ਦੋ ਤਿੰਨ ਹੋ ਸਕਦੇ ਹਨ ਪਰਟੀਕুলਰ ਨਾਮ ਦਾ ਇੱਥੇ ਵਿਸ਼ੇਸ਼ਣ ਨਹੀਂ ਕੀਤਾ ਗਿਆ ਹੈ ਇਸ ਲਈ ਇਸ ਮੈਸੇਜ ਤੋਂ ਕੋਈ ਵੀ ਚੀਜ਼ ਜੋ ਹੈ ਕਲੀਅਰ ਨਹੀਂ ਹੁੰਦੀ ਹੈ ਇਸ ਲਈ ਜਦੋਂ ਅਸੀਂ ਕੋਈ ਸੰਚਾਰ ਕਰਦੇ ਹਾਂ ਸਾਡਾ ਜੋ ਹੈ ਮੈਸੇਜ ਬਿਲਕੁਲ ਸਪਸ਼ਟ ਹੋਣਾ ਚਾਹੀਦਾ ਹੈ ਦੂਸਰਾ ਹੁੰਦਾ ਹੈ ਸੰਖੇਪ ਸੰਖੇਪ ਦੇ ਵਿੱਚ ਸਧਾਰਨ ਸ਼ਬਦਾਂ ਦੀ ਵਰਤੋਂ ਅਤੇ ਉਨਾ ਹੀ ਕਹੋ ਜਿੰਨੀ ਜ਼ਰੂਰਤ ਹੈ ਸਾਨੂੰ ਸਾਡੇ ਸ਼ਬਦ ਸਧਾਰਨ ਹੋਣੇ ਚਾਹੀਦੇ ਹਨ ਅਤੇ ਜਿੰਨਾ ਸੁੱਛਿਆ ਗਿਆ ਹੈ ਉਸ ਦੇ ਨਾਲ ਸੰਬੰਧਿਤ ਹੀ ਸ਼ਬਦ ਹੋਣੇ ਚਾਹੀਦੇ ਹਨ ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਸੀਐਸਆਰ ਮੁਹਿੰਮ ਬਾਰੇ ਗੱਲ ਕਰਨ ਦੀ ਜ਼ਰੂਰਤ ਹੈ ਮੇਰਾ ਮਤਲਬ ਉਹ ਹੈ ਜਿਸ ਦੀ ਸਾਨੂੰ ਇੱਕ ਤਮਾਹੀਸ ਅਭਿਆਸ ਦੇ ਤੌਰ ਤੇ ਕਰਨ ਦੀ ਜ਼ਰੂਰਤ ਹੈ ਮੈਨੂੰ ਲੱਗਦਾ ਹੈ ਕਿ ਇਹ ਸਾਡੇ ਬ੍ਰਾਂਡ ਚਿੱਤਰ ਨੂੰ ਬਧਾਉਣ ਦਾ ਇੱਕ ਵਧੀਆ ਤੰਗ ਹੈ ਅਸਲ ਵਿੱਚ ਇਹ ਸਿਰਫ ਇੱਕ ਅनाथ ਆਸ਼ਰਮ ਲਈ ਇੱਕ ਯਾਤਰਾ ਹੋਵੇਗੀ ਪਰ ਅਸੀਂ ਹੋਰ ਕੰਮ ਵੀ ਕਰ ਸਕਦੇ ਹਾਂ ਉਦਾਹਰਨ ਦੇ ਲਈ ਅਸੀਂ ਬੱਚਿਆਂ ਨੂੰ ਨੇੜੇ ਦੇ ਪਾਰਕ ਜਾਂ ਚਿੜੀਆ ਘਰ ਵਿੱਚ ਵੀ ਇੱਕ ਛੋਟੀ ਜਿਹੀ ਯਾਤਰਾ ਲਈ ਬਾਹਰ ਲੈ ਜਾ ਸਕਦੇ ਹਾਂ ਆਓ ਕੱਲ ਬੈਠ ਕੇ ਗੱਲ ਕਰੀਏ ਇਹ ਵੀ ਜੋ ਹੈ ਇੱਕ संपूर्ण संचार नहीं है क्योंकि इथे जो है गल करन देले कोई टाइम नहीं ਦਿੱਤਾ ਗਿਆ ਹੈ ਅਤੇ ਨਾ ਹੀ ਜਗਾ ਬਾਰੇ ਦੱਸਿਆ ਗਿਆ ਹੈ ਇਸ ਲਈ ਇਹ ਜੋ ਪੂਰਨ ਸੰਚਾਰ ਨਹੀਂ ਹੈ ਇਸ ਤੋਂ ਬਾਅਦ ਆਉਂਦਾ ਹੈ ਠੋਸ ਸਾਰਾ ਸੰਚਾਰ ਜੋ ਹੈ ਠੋਸ ਹੋਣਾ ਚਾਹੀਦਾ ਹੈ ਬਿਲਕੁਲ ਸਹੀ ਸ਼ਬਦ ਅਤੇ ਵਾਕਾਂਸ਼ ਹੋਣੇ ਚਾਹੀਦੇ ਹਨ ਹੇਲ ਟਾਪ ਰਿਜ਼ੋਰਟ ਸਭ ਤੋਂ ਵਧੀਆ ਰਿਜ਼ੋਰਟ ਹੈ ਆਪਣੀ ਅਗਲੀ ਛੁੱਟੀ ਤੇ ਸਾਡੇ ਕੋਲ ਆਓ ਇਕ ਸੰਚਾਰ ਕੀਤਾ ਗਿਆ ਪਰ ਇਹ ਇਨਕੰਪਲੀਟ ਹੈ ਕਿ ਇਹ ਇੱਕ ਅਸਪਸ਼ਟ ਵਿਗਿਆਪਨ ਦਾ ਸੰਦੇਸ਼ ਹੈ ਇਹ 100 ਹੋਰਾਂ ਵਿਚਾਲੇ ਇੱਕ ਹੋਰ ਰਿਜ਼ੋਰਟ ਵਿਗਿਆਪਨ ਵਾਂਗ ਆਵਾਜ਼ ਕਰਨ ਲਈ ਬਣਾਇਆ ਗਿਆ ਹੈ ਦਰਸ਼ਕ ਇਸ ਵਿਗਿਆਪਨ ਨੂੰ ਦੇ ਸੰਦੇਸ਼ ਨੂੰ ਕਦੇ ਯਾਦ ਨਹੀਂ ਰੱਖਣਗੇ ਇਸ ਸੰਦੇਸ਼ ਦੇ ਦੂਰ ਜਾਣ ਲਈ ਕੋਈ ਠੋਸ ਵੇਰਵੇ ਨਹੀਂ ਹਨ ਦੇਖੋ ਇਹ ਜੇ ਤੁਸੀਂ ਐਡਵਰਟਾਈਜ਼ਮੈਂਟ ਪੜ ਰਹੇ ਹੋ ਇਹ ਰਿਜ਼ੋਰਟ ਸਭ ਤੋਂ ਵਧੀਆ ਰਿਜ਼ੋਰਟ ਹੈ ਇਹ ਨਹੀਂ ਦੱਸਿਆ ਗਿਆ ਹੈ ਕਿਹੜੀ ਜਗ੍ਹਾ ਦਾ ਜੋ ਹੈ ਸਭ ਤੋਂ ਵਧੀਆ ਰਿਜ਼ੋਰਟ ਹੈ उस तो बाद दस यही नहीं दसया गया कि अगर तुम तो छुट्टियों लिया आओगे तो सहूलत प्राप्त हो इसलिए ये भी जो है एक इनकम्प्लीट जो है कम्यूनीकेशन है उस तो बाद आता है सही असि जो भी संदेश भेज रहे उसके स्पैलिंग सही होनी चाहिए व्याकरण सही होनी चाहिए है सही भाषा की वरतों की जानी चाहती है अच्छी संभाल तो इलावा कोमा लग्या होया मैं प्रोजेक्ट के पहले ਪੜਾ ਦੀ ਯੋਜਨਾ ਨੂੰ ਜੋੜ ਰਿਹਾ ਹਾਂ ਪੁਲਸਟਾਪ ਹੈ ਉਮੀਦ ਹੈ ਕਿ ਇੱਕ ਕਮਜ਼ੋਰ ਡੈਡ ਲਾਈਨ ਤੁਹਾਡੇ ਅਤੇ ਤੁਹਾਡੀ ਟੀਮ ਦੇ ਨਾਲ ਠੀਕ ਹੈ ਇਸ ਨੂੰ ਦੇਖੋ ਪਾਸ਼ਾ ਵੀ ਸਹੀ ਜੁਸ ਕੀਤੀ ਗਈ ਹੈ ਅਤੇ ਵਿਆਕਰਨ ਦਾ ਵੀ ਪ੍ਰਯੋਗ ਕੀਤਾ ਗਿਆ ਹੈ ਜੋ ਕਿ ਇੱਕ ਸਹੀ ਸੰਦੇਸ਼ਵਾਰੀ ਦਸਤਾ ਹੈ ਅੱਗੇ ਆਉਂਦਾ ਹੈ ਅਨਕੂਲ ਸਾਡੇ ਸ਼ਬਦਾਂ ਨੂੰ ਸਵੇਦਨਾ ਅਤੇ ਵਿਸ਼ੇ ਨਾਲ ਸੰਬੰਧਿਤ ਕਰਨਾ ਚਾਹੀਦਾ ਹੈ ਕਿਸੇ ਵੀ ਟਾਂਚੇ ਨੂੰ ਬਣਾਉਣ ਲਈ ਇੱਟਾਂ ਤੇ ਸੀਮਿੰਟ ਨੂੰ ਜੋੜਿਆ ਜਾ ਸਕਦਾ ਹੈ ਹਾਲਾਂਕਿ ਇਹ ਸਿਰਫ ਤਾਂ ਹੀ ਹੁੰਦਾ ਹੈ ਜਦੋਂ ਉਹ ਇਕੱਠੇ ਸਹੀ ਢੰਗ ਨਾਲ ਰੱਖੇ ਜਾਂਦੇ ਹਨ ਕਿ ਉਹ ਇਸ ਮਾਰਤ ਨੂੰ ਬਣਾਉਂਦੇ ਹਨ ਇਸ ਤਰ੍ਹਾਂ ਇੱਕ ਪਾੜ ਇਕਸਾਰ ਹੋਵੇਗਾ ਜੇ ਇਕਸਾਰ ਸੰਬੰਧਾਂ ਦੀ ਵਰਤੋਂ ਕੀਤੀ ਜਾਂਦੀ ਹੈ ਹਾਲਾਂਕਿ ਇਹ ਸਿਰਫ ਤਾਂ ਹੀ ਇਕਸਾਰ ਹੋਵੇਗਾ ਜੇ ਇਕਸਾਰ ਸੰਬੰਧਾਂ ਨੂੰ ਅਰਥ ਬਣਾਉਣ ਲਈ ਟੁਕਮੇ ਵਰਤੋਂ ਕੀਤੀ ਜਾਵੇ ਜਿਸ ਤਰ੍ਹਾਂ ਕਿ ਤੁਸੀਂ ਉਦਾਹਰਣ ਵਿੱਚ ਦੇਖ ਰਹੇ ਹੋ ਪਹਿਲਾਂ ਸਿਖਿਆ ਕਿ ਸ਼ਬਦਾਂ ਨੂੰ ਸੰਵੇਦਨਾ ਅਤੇ ਵਿਸ਼ੇ ਨਾਲ ਸੰਬੰਧਿਤ ਕਰਨਾ ਚਾਹੀਦਾ ਹੈ ਸਾਨੂੰ ਸਭ ਤੋਂ ਪਹਿਲਾਂ ਇਹ ਦੇਖਣਾ ਹੈ ਉਦਾਹਰਣ ਵਿੱਚ ਅਸੀਂ ਦੇਖਿਆ ਫਿਰ ਅਸੀਂ ਇੱਟਾਂ ਅਰ ਸੀਮੰਟ ਦਾ ਪ੍ਰਯੋਗ ਕਰਨਾ ਕਿੱਥੇ ਹੈ ਉਸ ਨਾਲ ਅਸੀਂ ਕਿਹੜੀ ਚੀਜ਼ ਬਣਾਉਣੀ ਹੈ ਤਾਂ ਕਿ ਸਾਨੂੰ ਜੋ ਹੈ ਉਸ ਮਿਸ਼ਨ ਨਾਲ ਸੰਬੰਧਿਤ ਜੋ ਹੈ ਉਸੇ ਤੇ ਇੱਕ ਨਾਲ ਸਾਨੂੰ ਉਸ ਦੀ ਪਲੈਨਿੰਗ ਕਰਨੀ ਪਵੇਗੀ ਇਸ ਲਈ ਸਾਡੇ ਜੋ ਸੰਚਾਰ ਹੈ ਉਹ ਬਿਲਕੁਲ ਅਨਕੂਲ ਵਿਸ਼ੇ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਅੰਦਾ ਹੈ ਸੰਪੂਰਨ ਸਾਰਾ ਸੰਚਾਰ ਹੈ ਉਹ ਪੂਰਨ ਹੋਣਾ ਚਾਹੀਦਾ ਹੈ ਤਵਾਡੇ ਸੰਦੇਸ਼ ਵਿੱਚ ਸਾਰੀ ਲੋੜਿੰਦੀ ਜਾਣਕਾਰੀ ਹੋਣੀ ਚਾਹੀਦੀ ਹੈ ਹਰ ਪੱਖੋਂ ਕੰਪਲੀਟ ਹੋਣਾ ਚਾਹੀਦਾ ਹੈ ਆਓ ਕੱਲ ਮਿਲੋ ਉਤਪਾਦ ਲਾਂਚ ਇਵੈਂਟ ਤੇ ਵਿਚਾਰ ਕਰਨ ਲਈ ਕਿਰਪਾ ਕਰਕੇ ਸਮੇਂ ਤੇ ਰਹੋ ਇਹ ਜੋ ਹੈ ਇੱਕ ਸੰਪੂਰਨ ਸੰਚਾਰ ਨਹੀਂ ਹੈ ਮੀਟਿੰਗ ਦੇ ਨਿਰਧਾਰਤ ਸਮੇਂ ਜਾਂ ਸਥਾਨ ਦਾ ਕੋਈ ਵੀ ਜ਼ਿਕਰ ਨਹੀਂ ਹੈ ਇਸ ਸੰਦੇਸ਼ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਕਿਸ ਸਮੇਂ ਤੇ ਮੀਟਿੰਗ ਹੋਣੀ ਹੈ ਅਤੇ ਕਿਹੜੀ ਜਗ੍ਹਾ ਤੇ ਮੀਟਿੰਗ ਹੋਣੀ ਹੈ ਨਾ ਹੀ ਕੋਈ ਨਿਰਧਾਰਤ ਅਜੰਡਾ ਹੈ ਇਸ ਮੀਡੀਆ ਕੀ ਝੰਡਾ ਐਵੇਂ ਨਹੀਂ ਦੱਸਿਆ ਗਿਆ ਇਹ ਮੇਰੇ ਪ੍ਰਾਪਤ ਕਰਨ ਵਾਲਿਆਂ ਨੂੰ ਸਪਸ਼ਟ ਕਰਨ ਲਈ ਵਾਪਸ ਲਿਖਣਾ ਪਵੇਗਾ ਜਾਂ ਕਿਸਨ ਵਾਪਸ ਕਾਲ ਕਰਨਾ ਪਵੇਗਾ ਇਸ ਨੂੰ ਪੂਰੀ ਜਾਣਕਾਰੀ ਲੈਣ ਲਈ ਜਿਹਨਾਂ ਨੂੰ ਸੰਦੇਸ਼ ਗਿਆ ਹੈ ਉਹਨਾਂ ਨੂੰ ਉਸ ਆਦਮੀ ਨਾਲ ਦੁਆਰਾ ਗੱਲਬਾਤ ਕਰਨੀ ਪਵੇਗੀ ਇਸ ਲਈ ਇਹ ਜੋ ਸੰਦੇਸ਼ ਹੈ ਇਹ ਸੰਪੂਰਨ ਨਹੀਂ ਹੈ ਅੱਗੇ ਹੁੰਦਾ ਹੈ ਸ੍ਰਿਸ਼ਟਾਚਾਰ ਸਤਿਕਾਰਯੋਗ ਦੋਸਤਾਨਾ ਤੇ ਇਮਾਨਦਾਰ ਬਣੋ ਮੈਂ ਸੱਚਮੁੱਚ ਇਸ ਗੱਲ ਦੀ ਕਦਰ ਨਹੀਂ ਕਰਦਾ ਕਿ ਤੁਹਾਡੀ ਆਈਟੀ ਟੀਮ ਇਕੱਲੇ ਮੇਰੀ ਟੀਮ ਦੀਆਂ ਬੇਨਤੀਆਂ ਨੂੰ ਅਣਦੇਖਾ ਕਰ ਰਹੀ ਹੈ ਮੇਰੀ ਟੀਮ ਵੀ ਇਸ ਸੰਗਠਨ ਵਿੱਚ ਇੱਕ ਮਹੱਤਵਪੂਰਨ ਕਾਰਜ ਹੈ ਅਤੇ ਸਾਡੀ ਆਪਣੀ ਖੋਦੀ ਆਈਟੀ ਜ਼ਰੂਰਤ ਹੈ ਕਿ ਤੁਸੀਂ ਨਿਸ਼ਚਿਤ ਕਰ ਸਕਦੇ ਹੋ ਕਿ ਤੁਹਾਡੀ ਟੀਮ ਮੇਰੀ ਟੀਮ ਦੀਆਂ ਬੇਨਤੀਆਂ ਦਾ ਤੁਰੰਤ ਜਵਾਬ ਦੇਵੇਗੀ ਇਹ ਜੋ ਹੈ ਇੱਕ ਸਤਿਕਾਰਯੋਗ ਸ੍ਰਿਸ਼ਟਾਚਾਰਿਕ ਮੈਸੇਜ ਨਹੀਂ ਹੈ ਸ੍ਰਿਸ਼ਟਾਚਾਰ ਮੈਸੇਜ ਕਿਦਾਂ ਹੈ ਮੈਂ ਸਮਝਦਾ ਮੈਂ ਸਮਝਦੀ ਹਾਂ ਕਿ ਆਈਟੀ ਟੀਮ ਕੰਮਕਰ ਨਾਲ ਭਰੀ ਹੋਈ ਹੈ ਅਤੇ ਸੰਗਠਨ ਦੇ ਹਰ ਵਿਭਾਗ ਤੋਂ ਬੇਨਤੀਆਂ ਪ੍ਰਾਪਤ ਕਰਦਾ ਹੈ ਮੇਰੀ ਟੀਮ ਹਾਲਾਂਕਿ ਉੱਚ ਪ੍ਰਾਥਮਿਕਤਾ ਪ੍ਰੋਜੈਕਟ ਤੇ ਕੰਮ ਕਰ ਰਹੀ ਹੈ ਅਤੇ ਮੈਂ ਤੁਹਾਡੇ ਲਈ ਬਹੁਤ ਸ਼ਲਾਘਾ ਕਰਾਂਗਾ ਜੇ ਤੁਸੀਂ ਆਪਣੀ ਟੀਮ ਦੇ ਮੈਂਬਰਾਂ ਨੂੰ ਮੇਰੀ ਟੀਮ ਦੇ ਸਵਾਲਾਂ ਦਾ ਤੁਰੰਤ ਜਵਾਬ ਦੇਣ ਅਤੇ ਇਸ ਪ੍ਰੋਜੈਕਟ ਨੂੰ ਸਮੇਂ ਸਿਰ ਕਰਨ ਵਿੱਚ ਸਾਡੀ ਮਦਦ ਕਰ ਸਕਦੇ ਹੋ ਕਿਰਪਾ ਕਰਕੇ ਮੈਨੂੰ ਦੱਸੋ ਜੇ ਤੁਹਾਨੂੰ ਮੇਰੇ ਤੋਂ ਕੋਈ ਕਿਸੇ ਚੀਜ਼ ਦੀ ਜ਼ਰੂਰਤ ਹੈ ਇਕ ਸ੍ਰਿਸ਼ਟਾਚਾਰਕ ਮੈਸੇਜ ਦੱਸਿਆ ਗਿਆ ਹੈ ਜਦਕਿ ਪਹਿਲਾ ਜੋ ਮੈਸੇਜ ਸੀ ਉਹ ਸ੍ਰਿਸ਼ਟਾਚਾਰਕ ਨਹੀਂ ਸੀ ਇਸ ਸ੍ਰਿਸ਼ਟਾਚਾਰਕ ਮੈਸੇਜ ਨਾਲ ਇਹ ਪਤਾ ਲੱਗਦਾ ਹੈ ਕਿ ਬੜੀ ਨਿਮਰਤਾ ਦੇ ਨਾਲ ਜੋ ਹੈ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਲਈ ਅਪੀਲ ਕੀਤੀ ਗਈ ਹੈ ਇਸ ਤਰ੍ਹਾਂ ਬਾਰੇ ਬੱਚਿਓ ਅੱਜ ਜੋ ਅਸੀਂ ਇੰਪਲਾਈਅਬਿਲਟੀ ਸਕਿੱਲ ਦਾ ਪਹਿਲਾ ਪਾਠ ਪੜਿਆ ਨੌਵੀਂ ਕਲਾਸ ਦਾ ਉਹ ਸੀ ਸੰਚਾਰ ਦਾ ਹੁਨਰ ਇਸ ਸੰਚਾਰ ਦੇ ਹੁਨਰ ਦੇ ਵਿੱਚ ਅਸੀਂ ਜੋ ਪੜਿਆ ਕਿ ਸੰਚਾਰ ਕੀ ਹੁੰਦਾ ਹੈ ਸੰਚਾਰ ਦਾ ਕੀ ਮਹੱਤਵ ਹੈ ਅਤੇ ਸੰਚਾਰ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਨ ਕਿਹੜੇ-ਕਿਹੜੇ ਹੁੰਦੇ ਹਨ ਅਤੇ ਇੱਕ ਚੰਗੇ ਸੰਚਾਰ ਦੇ ਲਈ ਸਾਨੂੰ ਕਿਸ ਤਰ੍ਹਾਂ ਦੀ ਸੰਚਾਰ ਕਰਨਾ ਚਾਹੀਦਾ ਹੈ ਇੱਕ ਚੰਗੇ ਸੰਚਾਰ ਲਈ ਕਿਹੜੀ-ਕਿਹੜੀ ਗੱਲਾਂ ਦੀ ਜ਼ਰੂਰਤ ਹੁੰਦੀ ਹੈ ਮੈਨੂੰ ਆਸ਼ਾ ਹੈ ਕਿ ਤੁਹਾਨੂੰ ਅੱਜ ਦਾ ਮੇਰਾ ਲੈਸਨ ਜੋ ਹੈ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਥੈਂਕ ਯੂ ਥੈਂਕ ਯੂ ਵੈਰੀ ਮੱਚ